हाँ जी, स्वागत है साढ़े फेसबुक यूट्यूब चैनल आर टी वी नीलोवाल के उत्ते। अज असी खड़े हैं पिंड धनौला दे विच, जिला बरनाला दे पिंड है, जिथे हर बुधवार को बकरियां की मंडी लगती है। मंडी दे विच मैं वीर मिले, मैं उन्होंने गलबात करदा। वीर कित्थों आया, किहड़ी उन्हां कोल ब्रीड है, कदों तो काम कर रहे, सारी आपां जानकारी लैणी इहनां कोलों। वीर जी की हाल चाल है? ठीक है वीर जी, वधिया जी। उधर ध्यान दो वीर जी, की हाल चाल है? ठीक ठाक वधिया जी। आपां कित्थों आए हांगे? बंगाली दे पिंड धूरी लवो नेड़े। ਬੰਗਾਲੀ ਇਹ ਜਿਹੜੇ ਆਪਾਂ ਕਿੰਨੇ ਨਗ ਲੈ ਕੇ ਆਏ ਜੀ? ਅੱਜ 20 ਨਗ ਲੈ ਕੇ ਆਏ ਜੀ। 20 ਨਗ ਲੈ ਕੇ ਆਏ? ਹਾਂਜੀ। ਇਹ ਸਾਰੀ ਸੇਲ ਤੇ ਲਾਏ ਹੋਏ ਆਪਾਂ? ਹਾਂ ਸਾਰੀ ਸੇਲ ਤੇ ਜੀ। ਕੀ ਹੈ ਦਿਖਾਓਗੇ ਸਾਨੂੰ? ਦੇਖ ਲਓ ਜੀ, ਬੀਟ ਦੇ ਆ ਜਾਓ ਮੜਾ ਜਾ। ਦੇਖ ਕੱਢੋ ਬਾਹਰ ਖਿੱਚ ਲਓ ਜਿਹੜੀ, ਇੱਕ ਕੋਈ ਦੋ ਇੱਕ ਦੋ ਚੱਕ ਲੈ ਬਸ। ਅੱਛਾ, ਇਹ ਪੱਠ ਕਿੰਨੇ ਚਿਰ ਦੀ ਹੈ? ਇਹ 5 ਮਹੀਨੇ ਦੀ ਬਾਈ। ਠੀਕ ਹੈ, ਜਿੱਦਾਂ ਤੁਸੀਂ ਆਪਾਂ ਤੁਹਾਡੇ ਵਾਲੀ ਭਾਸ਼ਾ ਦੇ ਵਿੱਚ ਗੱਲ ਕਰਕੇ, ਇਹ ਕਿਹੜੇ ਇਹਦੇ ਦੰਦਾਂ ਦਾ ਕੀ ਮੈਟਰ ਹੁੰਦਾ? ਇਹ ਦੰਦਾਂ ਦਾ ਬਾਈ, ਜੋ ਸਾਲ ਦੇ ਹੋਗੇ ਤਾਂ ਦੁੱਗੀ ਹੋ ਜੂ। ਅੱਛਾ, ਤੇ ਹੁਣ ਇਹ ਖੀਰੀ ਆ, ਦੇਖੋ ਹੁਣ ਇਹ ਖੀਰੀ ਆ, ਮਤਲਬ ਕਿ ਕੋਈ ਵੀ ਦੰਦੇ ਦਾ ਟੁੱਟੇ ਨਹੀਂ ਹੋਏ? ਨਾ ਜੀ, ਕੋਈ ਨਹੀਂ ਟੁੱਟਿਆ ਹੋਇਆ। ਠੀਕ ਆ, ਆ ਦਿਖਾ ਵੀ ਦੰਦੇ ਦੇ। ਠੀਕ, ਇਹ ਕਿਹੜੀ ਬਰੀਡ ਦੀ ਹੈ? ਬੀਟਲ ਬਾਈ। ਬੀਟਲ ਹੈ, ਪਿਓਰ ਹੈ? ਪਿਓਰ ਬਾਈ, ਪਿਓਰ। ਤੁਹਾਡੀ ਗਾਰੰਟੀ ਹੈਗੀ? ਗਾਰੰਟੀ ਫੁੱਲ ਜੀ। ਠੀਕ ਹੈ, ਇਹਦਾ ਕੀ ਆਪਾਂ ਪ੍ਰਾਈਸ ਮੰਗਦੇ ਆ? 18,000 ਰੁਪਏ ਬਾਈ। 18,000 ਰੁਪਏ, ਮੌਕੇ ਤੇ ਘੱਟ ਵੱਧ ਕਰੋਗੇ? ਹੋਜੂ ਬਾਈ, ਹੋਜੂ ਬਾਈ। ਹੋਰ ਕਿਹੜਾ ਮੇਰੇ ਦਿਖਾਇਓ ਮਾੜਾ ਜਿਹਾ? ਬੱਕਰੀ ਸੂਈ ਜੀ। ਠੀਕ ਹੈ। ਅੱਛਾ, ਇਹ ਜਿਹੜੀ ਆ ਬੱਕਰੀ ਆ ਚਿੱਟੀ ਜੀ, ਇਹ ਕਿਹੜੀ ਬਰੀਡ ਦੀ ਆ? ਇਹ ਵੀ ਬੀਟਲ ਆ ਬਾਈ। ਸਾਰੀ ਬੀਟਲ ਹੈ? ਹਾਂਜੀ ਹਾਂਜੀ। ਤੁਹਾਡੇ ਕੋਲ ਟੋਟਲੀ ਬੀਟਲ ਨੇ? ਹਾਂਜੀ ਹਾਂ, ਸਾਰੀ। ਕੋਈ ਮਿਕਸ ਬਰੀਡ ਵੀ ਤਾਂ ਨਹੀਂ ਹੈਗੇ? ਨਹੀਂ ਜੀ, ਨਹੀਂ। ਠੀਕ ਹੈ, ਸਾਰੀ ਪਿਓਰ ਨੇ? ਸਾਰੀ ਪਿਓਰ ਨੇ। ਇਹ ਕਿੰਨੇ ਸੂਏ ਆ ਇਹ? ਇਹ ਤੀਜੇ ਸੂਏ ਸੂਈ ਹੋਈ ਆ। ਤੀਜੇ ਸੂਏ, ਹੁਣ ਹੁਣ ਸੂਈ ਹੋਈ ਆ ਇਹ? ਮੇਮਣੀ ਮੰਗ ਰਹੀ। ਅੱਛਾ, ਇਹ ਦੀ ਚਿੱਟੀ ਜੀ ਮੇਮਣੀ ਆ ਇਹ? ਇਹ ਵੀ ਸੇਲ ਤੇ ਆ? ਹਾਂਜੀ, ਨਾਲ ਹੀ ਜਾਊਗਾ। ਕੀ ਪ੍ਰਾਈਸ ਹੈ ਇਹਦੀ ਹੁਣ? 50,000 ਰੁਪਏ ਬਾਈ, ਮੇਮਣੀ ਸਮੇਤ। ਮੇਮਣੀ ਸਮੇਤ 50,000? ਹਾਂਜੀ। ਇਹ ਪੱਠ ਹੈ ਨਾ? ਪੱਠ ਆ ਬਾਈ। ਇਹ ਕਿੰਨੇ ਚਿਰ ਦੀ ਹੋਗੀ? ਇਹ ਹੋਗੀ 2.5 ਮਹੀਨੇ ਦੀ ਜੀ। 2.5 ਮਹੀਨੇ ਦੀ ਪੱਠ ਹੈ? ਹਾਂਜੀ। ਮੌਕੇ ਤੇ ਘੱਟ ਵੱਧ ਕਰੋਗੇ? ਹਾਂਜੀ ਹਾਂਜੀ ਬਾਈ। ਕ੍ਰੋਸ ਕਿੰਨੇ ਚਿਰ ਦੀ ਹੈ? ਇਹ ਹੋਗੀ ਜੀ 1.5 ਮਹੀਨੇ ਦੀ ਮੈਨੂੰ ਲੱਗਦੀ। ਅੱਛਾ, ਇਹ ਕਲੀਅਰ ਕਦੋਂ ਹੋ ਜਾਣੀ ਹੈ? ਕਲੀਅਰ ਹੋ ਬਾਈ 2.5-3 ਮਹੀਨੇ ਦੇ ਜਾ ਕੇ। ਠੀਕ ਹੈ, ਹਾਂਜੀ ਹਾਂਜੀ। ਤੇ ਹੋਰ ਬਾਕੀ ਕਿਹੜੀ ਕੋਈ ਇਹਨਾਂ 'ਚ ਬੱਕਰਾ ਵੀ ਵੇਚਣਾ ਹੈ? ਲੇਲਾ ਰੱਖਿਆ ਮੈਨੂੰ। ਲੇਲਾ, ਇਹ ਵੀ ਸੇਲ ਤੇ ਆ? ਇਹ ਉਹ ਆ ਜੀ ਆਪਣੇ ਕਾਜਲਾ। ਇਹ ਕੱਲੀ ਰੱਖਿਆ ਹੋਇਆ? ਹਾਂਜੀ। ਇਹ ਕਿਹੜੀ ਲੈਣ ਦਾ ਹੈ? ਇਹ ਕਾਜਲਾ ਬਾਈ। ਕਾਜਲਾ ਕਿੰਨੇ ਚਿਰ ਦਾ ਹੈ? ਇਹ 5 ਮਹੀਨੇ ਦਾ। 5 ਮਹੀਨੇ ਦਾ, ਦਿਖਾਈ ਬਾਈ। ਇਹ ਵੀ ਮੰਨ ਲਓ ਖੀਰਾ ਹੈ? ਹਾਂ ਜੀ ਹਾਂ, ਲਓ। ਠੀਕ ਹੈ ਜੀ, ਤੇ ਸਾਰੇ ਨਗ ਟੋਟਲ ਕਿੰਨੇ ਆਪਣੇ ਕੋਲ? 20 ਜੀ। 20 ਨਗ ਨੇ, ਤੇ 20 ਦੇ 20 ਮਤਲਬ ਕੋਈ ਕਈ ਵਾਰੀ ਇਕੱਠਾ ਸੌਦਾ ਮਾਰਨਾ ਹੁੰਦਾ ਕਿਸੇ ਨੇ, ਉਹਦਾ ਕਿੰਨੀ ਕੁ ਪ੍ਰਾਈਸ ਰੱਖਿਆ ਤੁਸੀਂ ਨੇ ਸਾਰਿਆਂ ਦੀ? 6,00,000 ਰੁਪਏ ਜੀ। ਕਿੰਨਾ ਜੀ? 6,00,000 ਰੁਪਏ। 6,00,000 ਰੁਪਇਆ ਜੀ, ਕੋਈ ਸਾਰੇ ਮੰਗਦਾ ਨਾ? ਹਾਂਜੀ ਹਾਂ, ਸਾਰੇ ਖੜੀ ਬੱਕਰੀ। ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੁੰਦਾ, ਥੋੜਾ ਕੰਟੈਕਟ ਨੰਬਰ ਦੇ ਦਿਓ। 6280-9871 ਜੀ। ਇੱਕ ਵਾਰੀ ਹੋਰ ਦੱਸ ਦਿਓ, 6280-9871। ਅੰਗਰੇਜ਼ੀ ਬੋਲਣੀ ਆਉਂਦੀ ਹੈ? ਹਾਂਜੀ ਹਾਂ। ਬਹੁਤ ਸਾਰੇ ਬੰਦੇ ਨੇ ਜਿੱਦਾਂ ਕੋਈ ਮਹਾਰਾਸ਼ਟਰ ਦੇ, ਹੈਦਰਾਬਾਦ ਦੇ, ਇਹ ਲੋਕ ਕਹਿੰਦੇ ਨੇ ਵੀ ਸਾਨੂੰ ਪੰਜਾਬੀ ਸਮਝ ਨਹੀਂ ਆਉਂਦੀ, ਇੰਗਲਿਸ਼ ਦੇ ਵਿੱਚ ਨੰਬਰ ਬੋਲ ਲਿਆ ਕਰੋ ਇਕੱਲਾ ਇਕੱਲਾ ਕਰਕੇ। 6280-9871-77। ਇੱਕ ਵਾਰੀ ਰਿਪੀਟ ਕਰੋ, 6280-9871-77। ਕਲੀਅਰ ਹੈ? ਤੇ ਕਲੀਅਰ ਹੈ ਜੀ। ਠੀਕ ਹੈ ਜੀ, ਤੇ ਤੁਹਾਡਾ ਨਾਮ ਕੀ ਹੈ? ਇਕਬਾਲ ਮੁਹੰਮਦ। ਇਕਬਾਲ ਮੁਹੰਮਦ, ਕਿੱਥੋਂ ਆਏ ਆਪਾਂ? ਬੰਗਾਲੀ ਪਿੰਡ ਤੋਂ ਜੀ। ਬੰਗਾਲੀ ਤੋਂ, ਲਓ ਵੀ ਨੰਬਰ ਨੋਟ ਕਰ ਲਓ, ਕਿਸੇ ਨੇ ਸਾਰਾ ਇਕੱਠਾ ਇਹ ਖਰੀਦਣਾ ਹੈ ਇਹਨਾਂ ਦਾ ਜਿਹੜਾ ਮਾਲ ਹੈ, ਤਾਂ ਉਹਦੇ ਵਾਸਤੇ 6,00,000 ਰੁਪਈਆ। ਹਾਂਜੀ ਹਾਂ, ਤੇ ਬਾਕੀ ਇਕੱਲੇ ਇਕੱਲੇ ਦਾ ਰੇਟ ਤੁਹਾਨੂੰ ਦੱਸਦਾ ਇਹਨਾਂ ਨੇ। ਠੀਕ ਹੈ ਜੀ, ਆਪਣੇ ਗੋਟ ਫਾਰਮ। ਹਾਂ, ਇਕਬਾਲ ਗੋਟ ਫਾਰਮ, ਤੁਸੀਂ ਨੋਟ ਕਰ ਲਓ, ਨੰਬਰ ਤੁਹਾਨੂੰ ਸਕਰੀਨ 'ਤੇ ਦੇ ਦਿੱਤਾ, ਕਿਸੇ ਵੀਰ ਨੂੰ ਜ਼ਰੂਰਤ ਆ ਵੀਰ ਨੂੰ ਮਾਰੋ ਇਹ 'ਤੇ ਕਾਲ, ਅਤੇ ਇਹਨਾਂ ਤੋਂ ਤੁਸੀਂ ਸਾਰਾ ਇਹ ਮਾਲ ਖਰੀਦ ਵੀ ਸਕਦੇ ਹੋ, ਕਿਸੇ ਨੇ ਇਕੱਲਾ ਖਰੀਦਣਾ ਅਤੇ ਉਹ ਵੀ ਤੁਸੀਂ ਖਰੀਦ ਸਕਦੇ ਹੋ। ਦੁਬਾਰੇ ਮੈਂ ਫੇਰ ਦੱਸਦਾ ਜਾਣਕਾਰੀ ਵਾਸਤੇ, ਜਿਹੜੀ ਇਹ ਮੰਡੀ ਧਨੌਲੇ ਲੱਗਦੀ ਆ, ਹਰ ਬੁੱਧਵਾਰ ਨੂੰ ਇੱਥੇ ਮੰਡੀ ਲੱਗਦੀ ਆ। ਇਹ ਜਿਹੜੀ ਲੋਕੇਸ਼ਨ ਇਹਦੀ ਹੈਗੀ ਹੈਗੀ, ਸੰਨਾ ਰੋਡ ਧਨੌਲਾ, ਖੇਤਾਂ ਦੇ ਵਿੱਚ ਮੰਡੀ ਲੱਗਦੀ ਆ। ਕਿਸੇ ਵੀਰ ਨੇ ਆਉਣਾ ਜਾਂ ਮਾਲ ਖਰੀਦਣਾ, ਇੱਥੇ ਤੁਸੀਂ ਜਦੋਂ ਮਰਜ਼ੀ ਹਰ ਬੁੱਧਵਾਰ ਨੂੰ ਆ ਸਕਦੇ ਹੋ। ਧੰਨਵਾਦ ਜੀ। ਮੈਂ ਵੀ ਹੋ ਰਿਹਾ ਜੋੜੀ ਦਾ ਸੌਦਾ ਹੈ ਨਾ ਹੈ, ਜਿਹੜੀ ਚੀਜ਼ ਫਿੱਟ ਆ ਉਹੀ ਦਿਖਾਓ। 11,000 ਰੁਪਏ ਇਕੱਲੇ ਦਾ? ਹਾਂ, ਕਹਿ ਰਹੇ ਕੋਈ ਗੱਲ ਨਹੀਂ, ਲੜਦਾ ਨੀ, ਬੱਚਾ ਦੇਖ ਕੇ ਪੈਸੇ ਲਾਈ, ਤੈਨੂੰ ਹੀ ਪਤਾ ਗਾ, ਤਾਂ ਬੱਚਾ ਮੈਂ ਤੈਨੂੰ ਵੱਡਾ ਦੇ ਦੇਣਾਗਾ, ਵੱਡਾ ਦਵਾਂ ਯਾਰ। ਇਹਨਾਂ ਦਾ ਰੱਖਣੇ ਨੇ ਕਿਹੜਾ ਬ੍ਰੀਡਰ? ਵਾ ਫਿਰ ਬਾਈ, ਉਹੀ ਗੱਲ ਆ ਕਿ ਬੱਚਾ ਤੈਨੂੰ ਏਦੋਂ ਵੱਡਾ ਦੇਣਾ, ਤੂੰ ਲੰਮੇ ਕੰਨ ਦੇ ਦੇਣਾ। ਇਹਨੇ ਪਾਲ ਕੇ ਗਾਹਾਂ ਦੋ ਪੈਸੇ ਕਮਾਉਣੇ ਨੇ ਯਾਰ। ਠੀਕ ਆ, ਤੂੰ ਆਪ ਹਿਸਾਬ ਲਾ ਲਾ ਬਾਈ, ਤੇਰੀ ਛੱਡੀ ਮਾਰੇ ਜਾ ਕੰਨ ਜਿਹੜੇ ਕੋਈ ਬੋਕ ਨਹੀਂ ਛੱਡਣਾ ਹੈਗਾ, ਚੱਕ ਮੈਂ ਮੱਥੇ ਦਾ ਬੱਚਾ ਵੀਰੇ, 5,000-4,000 ਵਾਲਾ ਜੇ ਹੈਗਾ ਦਿਲ ਦੇ, 5,000-4,000? ਹਾਂ, 5,000-4,000। ਇਹਨੇ ਕੋਈ ਬੋਕ ਨਹੀਂ ਛੱਡਣਾ, ਇਹ ਭਰਾ ਰੱਖ ਇਹਨੂੰ, ਇਹ ਖੱਸੀ ਕਰਕੇ ਘਰੇ ਛੱਡੂਗਾ, ਬੜਾ ਕਰਕੇ ਪਾਲ ਲੂ।
ਇਹਦਾ ਕਮਾਈ ਦਾ ਮਸਲਾ ਹੈ ਚੱਕ ਮੈਂ ਮੱਥੇ ਦਾ ਬੱਚਾ ਬਾਈ ਉਹ ਮਾਲ ਮੁੱਲ ਦਾ ਲੱਗੇ ਮਾਲ ਮੁੱਲ ਦਾ ਲੱਗੇ ਮਾਲ ਮੁੱਲ ਲੱਗੇ ਬੱਕਰੇ ਅੱਗੇ ਦੇਣੇ ਹੁੰਦੇ ਨੇ ਕਿਸੇ ਦੇ ਜਿਹਨੇ ਤੇਰੇ ਵਰਗੇ ਲਿਆਂਦੀ ਹੁੰਦੀਆਂ ਨੇ ਹੋਰ ਪੈਸੇ ਕਿੱਥੋਂ ਧਰਨੇ ਚੱਕ ਮੈਂ ਮੱਥੇ ਦਾ ਬੱਚਾ ਗਾ ਪਾਕਿਸਤਾਨੀ ਹੈ ਕਿਸੇ ਗੱਲ ਦੀ ਮੰਗਿਆ ਕਹਿੰਦਾ ਬਈ ਉਹ ਲੈ ਜਾ 9000 ਹੀ ਦੇ ਦੀ ਉਹਦਾ ਜਾਂ 8 ਦੇ ਦੀ ਅਗਲਾ ਕਹਿੰਦਾ ਵੀ ਚੀਜ਼ ਦੇ ਪੈਸੇ ਮੰਗ ਲਈ ਠੀਕ ਹੈ ਜੀ ਇੰਨੇ ਬੰਦੇ ਦੇਖ ਰਹੇ ਆਹ ਬੱਚੇ ਦਾ ਫਰਕ ਤੇ ਬੱਚੇ ਦਾ ਫਰਕ ਤੁਸੀਂ ਆਪ ਦੇਖ ਲਓ ਇਹਦੇ ਹਜੇ ਕੱਚੇ ਵਾਲ ਨਾ ਦੇਖ ਲਓ ਪਕਰੌੜ ਹੋਇਆ ਖੜਿਆ ਜੇ ਤਾਂ ਪਾ ਚਾਹੁੰਦਾ ਫਿਰ ਤਾਂ ਲੈ ਲਾ ਤੈਨੂੰ ਕਿਸੇ ਦੀ ਹਾਂ ਜੀ ਪਾ ਚਾਹੁੰਦਾ ਲੈ ਰਹੀ ਕਹਿੰਦਾ ਮਤਲਬ ਬਈ ਤੂੰ 6000 ਤਾਂ ਲੈ ਤੀਗਾ ਕਿਤੇ ਵੱਧ ਲੱਗ ਗਏ ਸਵੇਰ ਦੇ ਲੱਗਣੀ ਲੱਗ ਰਹੇ ਨੇ ਮਾਤਾ ਜੀ ਕਹਿੰਦੇ ਲੱਗੇ ਸੀਗੇ ਨਾ ਨਾ ਇਹਦੇ ਵੱਧ ਲੱਗੇ ਉੱਥੇ ਤਾਂ ਪਹੁੰਚੇ ਵੀ ਨਹੀਂ ਤੁਸੀਂ ਬਸ ਫਿਰ ਇੱਕੋ ਹੀ ਸੱਟ ਬੋਲਾਂ ਉਹ ਬੰਦਿਆਂ ਨਾਲ ਵੀ 500 ਦੇ ਫਰਕ ਰਿਹਾ ਸੀ 9000 ਦਾ ਦਊਂਗਾ ਲੈ ਫੜ 500 ਦੇ ਉਹਨਾਂ ਨਾਲ ਫਰਕ ਰਿਹਾ ਸੀ ਤੈਨੂੰ ਸਿੱਧੀ ਗੱਲ ਦੱਸਾਂ 6000 ਦਾ ਮੈਨੂੰ 5000 ਦਾ ਨਹੀਂ ਨਹੀਂ ਮੁੜਕੋ ਮੁੜਕੀ ਦਾ ਹੋਈ ਜਾਂਦਾ ਤੂੰ ਉਹ ਤਾਂ ਬੇਚਾਰਾ ਬੋਲਦਾ ਵੀ ਨੀ ਕੀ ਦਾ ਮਤਲਬ ਲੱਗਦਾ ਪੈਸੇ ਫੜ ਲੈ ਨਹੀਂ ਹੁਣ ਕੀ ਕਰਾਂ ਕੀ ਛੱਡਣਾ ਹੈਗਾ ਮੇਰਾ ਚੰਗਾ ਬਾਈ ਜਾਤ ਪਾਤ ਦਾ ਰੋਜ਼ ਮੰਡੀਆਂ ਜੀ ਘੁੰਮਦੇ ਹੀ ਕੀ ਦੇਖਦੇ ਲਓ ਜੀ 7500 ਦਾ ਇਹਦਾ ਸੌਦਾ ਹੋ ਗਿਆ ਕਾਲੇ ਮੇਮਣੇ ਦਾ ਦਿਖਾ ਬਈ ਇਹਨੂੰ ਚੰਗੀ ਤਰ੍ਹਾਂ ਆਹ ਦੇਖੋ ਇਹ ਵੀ ਉਸੇ ਵੀਰ ਨੇ ਲਿਆ ਜਿਹੜਾ ਪਹਿਲਾਂ ਉੱਥੋਂ ਪੱਠ ਖਰੀਦ ਕੇ ਲੈ ਕੇ ਆਇਆ ਕਾਲੇ ਰੰਗ ਦੀ ਉਹੀ ਇਹ ਕਿੰਨੇ ਦਾ ਹੋ ਗਿਆ ਜੀ ਸੌਦਾ 7500 ਦਾ ਅੱਛਾ ਲਿਖਾਈ ਕੌਣ ਕਰਾਊਗਾ ਲਿਖਾਈ ਰਾਮੂ ਠੀਕ ਹੈ ਚਲੋ ਜੀ ਇਹ ਵੀਰ ਨੇ ਆਹ ਦੁਬਾਰੇ ਆਇਓ ਵੀਰ ਜੀ ਇਹਨਾਂ ਨੇ ਦੁਬਾਰੇ ਸੌਦਾ ਕੀਤਾ ਇਹ ਬਾਈ ਤੁਹਾਨੂੰ ਦੱਸਿਆ ਸੀਗਾ ਵੀਰ ਜੀ ਕਿੱਥੋਂ ਆਏ ਨੰਗਲ ਤੋਂ ਇਹ ਨੰਗਲ ਤੋਂ ਆਏ ਨੇ ਤੇ ਕਿਵੇਂ ਰਿਹਾ ਸੌਦਾ ਵਧੀਆ ਹੋਵੇ ਵਧੀਆ ਹਾਂਜੀ ਹਾਂ ਵਧੀਆ ਐਂ ਧੜਕੂ ਜਿਹਦਾ ਨਹੀਂ ਨਾ ਜੀ ਧੜਕੂ ਵਾਲੇ ਕੀ ਕੰਮ ਜੇ ਧੜਕੂ ਰਹਿ ਗਿਆ ਫਿਰ ਲੈਂਦੇ ਨਹੀਂ ਸੀਗੇ ਠੀਕ ਹੈ ਤੇ ਬਾਈ ਦੇ ਪਸੰਦ ਦੀ ਵੀ ਚੀਜ਼ ਮਿਲ ਗਈ ਔਰ ਖੁਸ਼ ਵੀ ਹੈ ਕਹਿੰਦਾ ਵੀ ਸੌਦਾ ਵੀ ਭਾਅ ਦੇ ਵਿੱਚ ਬਣ ਗਿਆ ਤੇ ਬਹੁਤ ਵਧੀਆ ਇਹਨਾਂ ਨੂੰ ਬੱਚਾ ਮਿਲ ਗਿਆ ਆਪਾਂ ਹੋਰ ਦਿਖਾਉਣਾ ਤੁਹਾਨੂੰ ਕੋਈ ਨਵਾਂ ਸੌਦਾ ਹੋਊਗਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਰਸੀ ਵਾਲੇ ਦੀ ਰਸੀ ਲੈ ਲੈਣਾ ਰਸੀ ਕਾ ਕੇ ਪਾਓ ਉਥੇ ਰਸੀ
ਲਵਾਉ ਬੀਜੇ ਇਹਨਾਂ ਦਾ ਤੇਨੇ ਬੱਕਰੀ ਨੇ ਆ ਬੀਜਾ ਲਾਉਣੇ ਆ ਬੱਕਰੇ 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 ਬੱਕਰੀ ਦਾ ਜਾ ਕੇ ਯਾਰ ਕਾ ਹੁਣ ਹੋਊਗਾ ਸੌਦਾ ਤਿੰਨੇ ਬੱਕਰਿਆਂ ਦਾ ਪਿੰਦੀ ਪਿੰਦੇ ਕਰਦੇ ਸੌਦਾ ਤੁਹਾਡੀ ਭੈਣ ਦੀ ਗਲਾਸ ਫੜਾਵਾ ਤੇ ਦੇ ਹਾਂ ਚਾਹ ਪੀਂਦੇ ਲਓ ਜੀ ਪੈਸੇ ਕੱਢੋ ਸਾਈ ਕੱਟ ਸੌਦਾ ਪੈਂਦਾ ਹੀ ਪੈਂਦੀ ਕਰਦੇ ਚਾਹ ਪੀਂਦੇ ਜਾਣਦੇ ਹਾਂ ਜੀ ਖੜਾ ਹੋ ਉੱਥੇ ਬਹਿ ਕੇ ਬਹਿ ਜਾ ਉੱਥੇ ਬਾ ਬਹਿ ਕੇ ਬਾਤ ਜੋਂ ਇਧਰ ਆ ਜਾ ਅੰਦਰ ਅੱਛਾ ਜਾ ਆ ਜਾ ਥਾਪੀ ਮਾਰ ਕੇ ਕਰ ਸਕਦਾ ਹੁਣ ਮਾਰ ਕਹਿੰਦੇ ਪਹਿਲਾਂ ਮਾਰ ਆਏ ਪਹਿਲਾਂ ਮਾਰ ਅੱਛਾ ਚੱਲ ਨਦੀ ਪੱਲਾ ਲਾਣੇ ਕੀ ਨੇ ਮੈਨੂੰ ਮਰਾ ਦੱਸੋ ਆ ਦੇ ਆ ਖੜੇ ਜਿਹਨਾਂ ਦੇ ਪੈਸੇ ਫੜੇ ਨੇ ਪੁੱਛ ਲੈ ਇਹਨੂੰ ਸਾਈਡ ਮੈਂ ਪੁੱਛ ਲੱਗ ਜੂ ਮੈਂ ਗੱਪ ਫੋਕ ਲਾਵਾ ਪੈਸੇ ਚਾਹ ਦਾ ਰਾਉਂਡ ਲਾਓ ਬਾਈ ਜੀ ਨੇ ਚਾਹ ਪੀਣੀ ਆ ਚਾਹ ਆ ਗਈ ਇਹ ਤਿੰਨੇ ਬੱਕਰੇ ਨੇ ਤਿੰਨੇ ਦਾ ਇਕੱਠੀ ਸੌਦਾ ਹੋਣਾ ਦੋਨੇ ਪਾਰਟੀਆਂ ਅਮਨ ਸਾਹਮਣੇ ਨੇ ਹੁਣ 2 ਮਿੰਟ ਦੇ ਵਿੱਚ ਹੋ ਜਾਣਾ ਲੱਗਿਆ ਪਿਆ ਇੱਕ ਕੱਤੇ ਮਿੰਟ ਦਾ ਵੀਜ਼ਾ ਪਰਮ ਜੀ ਤੂੰ ਕਿੰਨੀਆਂ ਬੱਕਰੀਆਂ ਲਿਆ ਜਾ ਮੈਂ ਤਾਂ ਲੈ ਉਹ ਗਾਂ ਆਪਦੇ ਪਿੰਡੋਂ ਲੈ ਕੇ ਆਇਆ ਬੱਕਰੀਆਂ ਅੱਛਾ ਵੇਚਣ ਵਾਲੀਆਂ ਨੇ ਸਾਰੀਆਂ ਵੇਚਣ ਵਾਲੀਆਂ ਨੇ ਆ ਤੇਰੇ ਵੀ ਦੇਖਾਂਗੇ ਫਿਰ ਉਧਰ ਹੀ ਗਿਆ ਜਾ ਕਿੱਧਰ ਲੌਂਗੋਵਾਲ ਉਹ ਬਸ ਇੱਧਰ ਹੀ ਚੌਂਕੜੀ ਮਾਰੀ ਹੈ ਪਰਮਜੀਤ ਕੀ ਕੰਮ ਕਾਰ ਚੱਲਦਾ ਅੱਜ ਕੱਲ ਅੱਜ ਕੱਲ ਆਂਡੇ ਵੇਚਦੇ ਆ ਅੱਜ ਕੱਲ ਹਾਂ ਵਿਕ ਜਾਂਦੇ ਨੇ ਗਰਮੀ ਚ ਵਿਕੀ ਜਾਂਦੇ ਨੇ ਪੈਗ ਪੁੱਗ ਲਾਉਣ ਵਾਲੇ ਖਰੀਦ ਲੈਂਦੇ ਹੁੰਦੇ ਹਨ ਹਾਂ ਉਬਲੇ ਕੇ ਕੱਚੇ ਉਬਲੇ ਵੀ ਕੱਚੇ ਬਈ ਇਹ ਕਹਿੰਦਾ ਆਂਡੇ ਵੇਚ ਦਿਆ ਉਬਲੇ ਵੀ ਕੱਚੇ ਠੀਕ ਹੈ ਕਿੰਨੇ ਵਜੇ ਲਾਏਗਾ ਰੇਹੜੀ ਜਾ ਕੇ 5 ਵਜੇ ਦੁਕਾਨ ਖੋਲ ਲੈਣੀ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਹਿੰਦੀ ਫਿਰ 5 ਵਜੇ ਤੋਂ 5 ਵਜੇ ਤੋਂ 8 9 ਵਜੇ ਤੱਕ 9 ਵਜੇ ਤੱਕ ਹਾਂ ਠੀਕ ਹੈ ਕਿੱਥੇ ਜੇ ਰਹੂ ਰੇਹੜੀ ਤੇਰੀ ਦੁਕਾਨ ਆ ਕਿ ਰੇਹੜੀ ਆ ਉਹੀ ਹੈ ਦੁਕਾਨ ਪੱਕੀ ਜਿੱਥੇ ਸਾਧਨ ਨੇ ਲਾਲੇ ਡੇਲੇ ਉੱਥੇ ਨੇ ਉੱਥੋਂ ਹਲਿਆਉਣੇ ਨੇ ਨਾ ਪੱਕੀ ਗੱਲ ਆ ਪੱਕੀ ਗੱਲ ਉੱਥੋਂ ਨਹੀਂ ਹਲਦੇ ਡੇਰੇ ਹਾਂ ਲੈ ਜੀ ਸਾਧ ਉੱਥੋਂ ਨਹੀਂ ਹਲਾਉਣਾ ਡੇਰੇ ਜਿੱਥੇ ਕਹਿੰਦਾ ਮੈਂ ਲਾਲੇ ਉੱਥੇ ਵੇਚਣੇ ਨੇ ਆਂਡੇ ਆਇਆ